ਸ਼ੇਅਰ ਕਰੋ ਮੇਰਾ ਵੀਰ ਵੱਧ ਤੋਂ ਵੱਧ ਮੈਚ ਬਹੁਤ ਤਕੜਾ ਹੈ ਬੰਦੇ ਨੀ ਉਸ ਹਿਸਾਬ ਨਾਲ ਜੁੜੇ ਲਾਈਨ ਤੇ ਚਲੋ ਸ਼ੇਅਰ ਵੱਧ ਤੋਂ ਵੱਧ ਹੌਸਲਾ ਹੁੰਦੀ ਹੈ ਸੋਹਣਾ ਮੈਚ ਫਿਰ ਮੈਦਾਨ ਦੇ ਵਿੱਚ ਗਗਨਦੀਪ ਰਾਣਾ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਵੀਰਾਂ ਨੂੰ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ 500 ਰੁਪਏ ਲੈਣੀ ਆਪਣਾ ਕੁਲਦੀਪ ਕੋਟਪੁਰ ਉਹ ਬਾਗੜੀ ਕਿਆ ਗੋਪੀ ਬੰਗੀ ਆਪਣਾ 500 ਰੁਪਇਆ ਲੈ ਜਾਣ ਤਾਂ ਗੋਪੀ ਬੰਗੀ ਆਓ ਜੀ ਸਲੇਮ ਸਾਹਿਬ ਦਾ ਸਵਾਗਤ ਹੈ ਜੀ ਸਰਪੰਚ ਜੁੜੇ ਸਪੋਰਟਸ ਚੈਨਲ ਦੇ ਸਾਰੇ ਵੀਰਾਂ ਦਾ ਮੈਂ ਦੇਖੋ ਆ ਮੈਂ ਤੇ ਕਹਿੰਦਾ ਸਾਹ ਰੋਕ ਕੇ ਦੇਖੋ ਹੁਣ ਚੋਣੇ ਆਉਂਦੇ ਵੱਜਦੇ ਬੜਾ ਜੇ ਬਾਹ ਤਕੜਾ ਖੁੱਟਿਆ ਜਾਣਾ ਹੈ ਫੋਨ ਜ਼ਰੂਰੀ ਹੈ ਵਜਾਉਣੇ ਆਪਦੇ ਭਲਾ ਦੀ ਬਾਤ ਜੇ ਮੈਚ ਦੀ ਕਿਰਪਾ ਕਰਕੇ ਗਰਾਊਂਡ ਖਾਲੀ ਕਰਦੀ ਜੁਗੀ ਮੈਚ ਲਾਈ ਆਪਾਂ ਜਲਦੀ ਦੇ ਨਾਲ ਜੀ ਇੱਕ ਰੈਫਰੀ ਮੈਚ ਲਾ ਲਿਓ ਜਲ ਨਾਲ ਜੀ ਦੋ ਈਚ ਸਰ ਵਿੱਚ ਚੇਂਜ ਆ ਜੀ ਕਰੋ ਸ਼ੇਅਰ ਮੇਰਾ ਵੀਰ ਵੱਧ ਤੋਂ ਵੱਧ ਸਾਰੇ ਭਰਾ ਮੈਚ ਬਹੁਤ ਵਧੀਆ ਲੱਗਿਆ ਹੋਇਆ ਇੱਕ ਪਾਸੇ ਮੁੰਡੇ ਬੰਬੀਹੇ ਵਾਲੇ ਮਨ ਵਾਲਾ ਮਸੁੰਡਾ ਮਨ ਵਾਲਾ ਕਹਿੰਦਾ ਕੱਟਿਆਲੀ ਵਾਲਾ ਗਗਨ ਗੁੰਬਰ ਬੱਬੂ ਬੰਬੀਹਾ ਐਨ ਫਿੱਟ ਆ ਚੋਬਰ ਪੂਰੇ ਪਰਲੀ ਸਾਈਡ ਬੰਬੀਹੇ ਦੀ ਟੀਮ 'ਚ ਖੇਡ ਰਹੇ ਇਹ ਮੁੰਡੇ ਇੱਧਰ ਆ ਜੀ ਪਨਿਆਰੀ ਵਾਲੇ ਚੋਬਰ ਰਾਜਪਾਲ ਬਾਗੜੀ ਫੌਜੀ ਬਾਗੜੀ ਵਿੱਕੀ ਸੰਧੂ ਪਨਿਆਰੀ ਅਮਨ ਪਨਿਆਰੀ ਨੈੱਟ 'ਤੇ ਕੇ ਸ਼ਾਲੂ ਜੀ ਕੰਪਿਊਟਰ ਜੀ ਇੱਕ ਸਾਈਡ ਪੀ ਸੀ ਬਣਿਆਰੀ ਨਰੋਲ ਖੇਡ ਰਹੀ ਹੈ ਬਿਲਕੁਲ ਟੀਮ ਜੀ ਚੰਨਣ ਖੇਡੇ ਦੀ ਟੀਮ ਆ ਗਈ ਹੈ ਗਰਾਊਂਡ 'ਚ ਬਹੁਤ ਸੋਹਣਾ ਮੈਚ ਖੇਡਿਆ ਜਾਣਾ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਟੀਮਾਂ ਦੇ ਮੀਡੀਅਮ ਹੀ ਹੈ ਜੀ ਮੀਡੀਅਮ ਹੈ ਨਿਊ ਮੀਡੀਅਮ ਹੈ ਜੀ ਇਹ ਨਿਊ ਮੀਡੀਅਮ ਹੈ ਵੀਰੇ ਚੁੱਕਿਆ ਦਾ ਰੈਫਰੀ ਆ ਗਿਆ ਜੀ ਚੁੱਕਿਆ ਹੋਏ ਮੁੰਡੇ ਲੈ ਚੰਗੇ ਰੈਫਰੀ ਆਓ ਚੁੱਕਿਆ ਦੀ ਟੀਮ ਦਾ ਜਲਦੀ ਦੇ ਨਾਲ ਬੇਨਤੀ ਹੈ ਮੇਰੀ ਦੋ ਤਿੰਨ ਸਰਵਿਸ ਚੇਂਜ
ਵੀਰੇ ਪਿੱਛੇ ਕਰੋ ਸ਼ੇਅਰ ਕਰੀ ਚਲੋ ਭਰਾਵਾ ਉਹ ਚਾਚਾ ਉਹ ਅਜੇ 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 ਤੇ ਬਾਈ ਬੜਾਈ ਆਊਟ ਬਾਲ ਸਲੇਮ ਸ਼ਾਹ ਦੀ ਚਾਰ ਦੋ ਗਈ ਚਾਰ ਦੋ ਸਿੱਧੂ ਸਲੇਮ ਸ਼ਾਹ ਤੇ ਚੰਨਣ ਖੇਡੀ ਟੀਮਾਂ ਦੇ ਦਰਮਿਆਨ ਟੱਕਰ ਜਿਹੜੀ ਕਦੇ ਸਿਰੇ ਤੋਂ ਹੋਈ ਆ ਇੱਕ ਨੰਬਰ ਬਣ ਕੇ ਚਲਾਈਏ ਜੀ ਮੈਚ ਆਪਾਂ ਚਾਰ ਦੋ ਵੀਰੇ ਨੀਵੇਂ ਹੋ ਕੇ ਲੰਘ ਗਿਆ ਕਰੋ ਮਾੜਾ ਗਲਾਈ ਮਰ ਭਾਈ ਰੈਫਰੀ ਆਇਆ ਕਿ ਨਹੀਂ ਇੱਥੇ ਇੱਕ ਨੰਬਰ ਗਰਾਊਂਡ ਵੀਰੇ ਇਹ ਨਿਊ ਮੀਡੀਆ ਮਾਰਨ ਜੇ ਤਾਂ ਭਾਈ ਨਿਊ ਹੀ ਹੋਊਗਾ ਸਾਰਾ ਕੁਝ ਇੱਥੇ ਚਲਾਓ ਮੈਚ ਜੀ ਪੰਜ ਹੋ ਗਏ ਪੁਆਇੰਟ ਉਧਰ ਬੇਨਤੀ ਹੈ ਸਾਡੀ ਸ਼ੁਰੂ ਕਰੀਏ ਜੀ ਮੈਚ ਆਪਾਂ ਰਹਿੰਦੇ ਬਰਾਈ ਵੀ ਮੇਰੇ ਆ ਜਾਣ ਮੈਚ ਆ ਵੀ ਕਦੇ ਸਿਰੇ ਦਾ ਜਿਹੜਾ ਖੇਡਿਆ ਜਾਣਾ ਖੇਡ ਗਰਾਊਂਡ ਦੇ ਅੰਦਰ ਆਪਾਂ ਵੇਖਾਂਗੇ ਟੱਕਰ ਜਿਹੜੀ ਆ ਵੀ ਸਿਰੇ ਦੀ ਹੋਣੀ ਹੈ ਬੱਲੇ ਮਸੁੰਟਿਆ ਆ ਵੀ ਲੱਭੋ ਕਿਆ ਬਾਤ ਹੈ ਬੋਲੀ ਤਗੜੀ ਬਾਤ ਆ ਗਿਆ ਮਸੁੰਟਾ ਕੰਦਾ ਚੰਦ ਬਾਜਾ ਪਟਾਕੇ ਪਾਈ ਤਰੰਦੇ ਬੱਬੀਹੇ ਵਾਲੇ ਸਾਡੇ ਜਿਹੜੇ ਗਾਉਣ ਤੇ ਆ ਗਏ ਬੱਬੀਹੇ ਵਾਲੇ ਮਾਨ ਵਾਲੇ ਮੁੰਡੇ ਕੱਢੇ ਹੋਏ ਆ ਨਾਲ ਜਸ਼ਨ ਮਾਨ ਦੇ ਨਾਲ ਚੰਦ ਟੀਚਰ ਰੌਣਾ ਪ੍ਰੀ ਕੁਆਟਰ ਮੈਨੂੰ ਲੱਗਦਾ ਬਈ ਇਹ ਪ੍ਰੀ ਕੁਆਟਰ ਹੈ ਇਹ ਫਰੇਸ਼ਾ ਇਹਨਾਂ ਭਰਾਵਾਂ ਦੇ ਦਾ ਇੰਤਜ਼ਾਰ ਹੋ ਰਿਹਾ ਆਪਾਂ ਚਾਹੀਏ ਦੀ ਮੈਚ ਬਹੁਤ ਤਗੜਾ ਮੈਚ ਖੇਡਿਆ ਜਾਣਾ ਖੇਡ ਗਰਾਊਂਡ ਦੇ ਅੰਦਰ ਟੱਕਰ ਜਿਹੜੀ ਕਿਹੜੇ ਸਿਰੇ ਦੀ ਬਣੀ ਹੈ ਤੂੰ ਸਾਡੀ ਵੀ ਹੋਣਾ ਤੇ ਚੱਲ ਪ੍ਰੀ ਗੱਲ ਨੀ ਕਿਸੇ ਹੋਰ ਦੀ ਹੋਈ ਪੀਸੀ ਭਾਈ ਪ੍ਰੀ ਕੁਆਟਰ ਨੇ ਤੇ ਹੁਣ ਕੱਪ ਜੇ ਦੀ ਪਾਲੀ ਵਾਂਗੂ ਉਹ ਫੈਨ ਖੜਕੂ ਗੱਲਾਂ ਲੱਗ ਗਿਆ ਤੇ ਗਿਆ ਨੇ ਗਾਣੇ ਵਾਲੀ ਆ ਜੱਗਾ ਆ ਗਿਆ ਲਾਈਵ ਤੇ ਕੀ ਹਾਲ ਚਾਲ ਜੱਗੇ ਬਾਈ ਵੱਡੀ ਟੀਮ ਤਿਆਰ ਕਰਕੇ ਲੱਗ ਗਿਆ ਝੋਟੇ ਵਾਲੀ ਵਾਲੇ ਮੁੰਡੇ ਨਾਲ ਬਾਰੇ ਦਾ ਮੁੰਡਾ ਔਰ ਕਰੋ ਟੀਮ ਵੱਡੀ ਹੈ ਵਾਲੀਬਾਲ ਦੇ ਵੀ ਟੌਪ ਦੇ ਮੈਚ ਆ ਪਰ ਰੱਸਾ ਕੱਸੀ ਦਾ ਹੁਣ ਫਾਈਨਲ ਖੇਡਿਆ ਜਾ ਰਿਹਾ ਸ਼ੇਅਰ ਕਰੀ ਚਲੋ ਸਾਰੇ ਭਰਾ ਮੇਰੇ ਵੀਰ ਜੱਜਮੈਂਟ ਹੋਏ ਕੀ ਸੀ ਕਿਆ ਬਾਤ ਹੈਲੋ ਮੈਂ ਵੀ ਸਾਊਂਡ ਵਾਲਿਆ ਮਾਈਕ ਦੇ ਜਿਹੜੇ ਸੈੱਲ ਜਾਂ ਬੈਟਰੀ ਚੇਂਜ ਕਰ ਦੇ ਬੇਨਤੀ ਹੈ ਪਹਿਲਾ ਰਾਊਂਡ ਹੈ ਤੇ ਫਾਈਨਲ ਮੁਕਾਬਲਾ ਵਧੀਆ ਵਧੀਆ ਜੱਗੇ ਬਈ ਜਮਾ ਸੈੱਟ ਆ ਕਮੇਟੀ ਗ੍ਰਾਮ ਪੰਚਾਇਤ ਨੂੰ ਬੇਨਤੀ ਹੈ ਗੁਰਦੇਵ ਵਿਰਕ ਜੀ ਨੈਟਵਰਕ ਇਸ਼ੂ ਹੈਗਾ ਵੀਰੇ ਨੈਟਵਰਕ ਇਸ਼ੂ ਹੈਗਾ ਥੋੜਾ ਇੱਥੇ ਥੋੜਾ ਜ਼ਿਆਦਾ ਹੀ ਹੈ ਨੈਟਵਰਕ ਇਸ਼ੂ ਕਹਿੰਦਾ ਜੀ ਕਰਾਈਏ ਮੈਚ ਆਪਾਂ ਜਲਦੀ ਦੇ ਨਾਲ ਪਿੰਡਾਂ ਜੁਗੇ ਟੀਮਾਂ ਆ ਗਈਆਂ ਜੈਲਨਾਰ ਜੀ ਰਣਜੋਤ ਬਾਈ ਕਿਹੜੇ ਇਟਲੀ ਵਾਲਾ ਯਾਰ ਜਲਦੀ ਦੇ ਨਾਲ ਹੈਲੋ
ਮਨਪ੍ਰੀਤ ਸਿੱਧੂ ਜੀ ਉੱਪਰ ਚੱਲ ਰਹੇ ਸਕਰੀਨ ਤੇ ਪੁਆਇੰਟ ਆਪਣੇ ਚੈੱਕ ਕਰਿਓ, ਸ਼ੇਅਰ ਕਰਿਓ, ਵੱਧ ਤੋਂ ਵੱਧ ਖਿੱਚ ਕੇ ਰੱਖੋ, ਸ਼ੇਅਰ ਵਾਲਾ ਕੰਮ ਰੱਖੋ। ਜੇ ਨੈਟਵਰਕ ਇਸ਼ੂ ਆ ਰਿਹਾ ਮੇਰਾ ਵੀਰ, ਤੁਸੀਂ ਸਰਪੰਚ ਟੂਡੇ ਸਪੋਰਟਸ ਤੇ ਦੇਖ ਸਕਦੇ ਹੋ, ਉੱਥੇ ਨੈਟਵਰਕ ਠੀਕ ਆ, ਹਜੇ ਟਿਕਿਆ ਹੋਇਆ ਮਾੜਾ, ਉਹਦੇ ਵੀ ਵਿੱਚ ਨਹੀਂ ਆਉਂਦਾ ਕਈ ਵਾਰੀ। ਸਰਪੰਚ ਟੂਡੇ ਸਪੋਰਟਸ ਚੈਨਲ ਤੇ ਦੇਖ ਸਕਦੇ ਹੋ ਤੁਸੀਂ ਸਾਰੇ ਭਰਾ, ਯੂਟਿਊਬ ਤੇ ਵੀ, ਫੇਸਬੁੱਕ ਤੇ ਵੀ ਲਾਈਵ ਚੱਲ ਰਿਹਾ। ਮਿਕਸ ਜਿਹਾ ਹੋ ਗਿਆ, ਸਹੀ ਗੱਲ ਆ ਬਈ, ਪੱਕੀ ਵਾਲਾ ਸਿਸਟਮ ਜਿਹਾ ਮਿਕਸ ਹੋ ਗਿਆ ਨਿਊ ਬਿਲਡਿੰਗ ਚ। ਰਾਹੁਲ ਜੀ ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ ਜੀ। ਕਟਾਲੀ ਦਾ ਮੈਚ ਹੋ ਗਿਆ ਜੀ, ਮੈਨੂੰ ਲੱਗਦਾ ਕਟਾਲੀ ਵਾਲੇ ਮੁੰਡੇ ਜਿੱਤ ਗਏ ਸ਼ਾਇਦ ਉਧਰੋਂ। ਬਾਈ ਡਾਕਟਰ ਜਿੱਤ ਗਈ, ਕਟਾਲੀ ਹਾਰ ਗਈ ਜੀ, ਚੁੱਗੇ ਜਿੱਤ ਗਈ ਜੀ ਉਧਰ, ਕਟਾਲੀ ਹਾਰ ਗਈ। ਜਸ਼ਨ ਮਾਨ ਜੀ ਕਟਾਲੀ ਵਾਲੇ ਮੁੰਡੇ ਹਾਰ ਗਏ ਜੀ, ਲੁਧਿਆਣੇ ਮੁੰਡੇ ਜਿੱਤ ਗਏ ਅਗਲੇ ਰਾਊਂਡ ਚ। ਹੈਲੋ ਹੈਲੋ, ਸਮੁੱਚੀ ਗ੍ਰਾਮ ਪੰਚਾਇਤ ਉਹ ਬੱਲੇ ਕਬੱਡੀ ਵਾਲੇ ਗਰਾਊਂਡ ਦੇ ਵਿੱਚ ਪਹੁੰਚੇ, ਸਮੁੱਚੀ ਗ੍ਰਾਮ ਪੰਚਾਇਤ ਪਿੰਡ ਸਰੇਖਿਆ, ਫਾਈਨਲ ਮੈਚ ਆਊਟ ਬਾਲ, ਪਹਿਲਾ ਰਾਊਂਡ ਹੈ ਤੇ ਦੋਵੇਂ ਟੀਮਾਂ ਖੇਡੀ ਗਈਆਂ ਨੇ, ਕੰਪਿਊਟਰ ਦਾ ਦੀਵਾਨ ਲਾ ਗਿਆ ਟੀਮ ਮੁੰਡੇ ਉਹ ਵੀ ਲੀਡ ਬਣਾ ਕੇ ਤੁਰੇ ਆਉਂਦੇ ਆ, ਪਹਿਲਾਂ ਬੰਬੀਲੇ ਵੀ ਪਿੱਛੇ ਤੁਰੇ ਆਉਂਦੇ ਕੰਮ। ਤਿੰਨ ਨੰਬਰ ਪਹੁੰਚੇ, ਦੋ ਮੈਚ ਹੀ ਆਪਣੇ ਕੋਲ ਬਾਕੀ ਆ, ਫਿਰ ਆਪਾਂ ਕੁਆਟਰ ਦੀਆਂ ਟਾਈਆਂ ਕੱਢਾਂਗੇ। ਕਾਲੀਆ ਤੇ ਸਲੀਮ ਸ਼ਾਹ ਗੋਪਾ ਦੋ ਨੰਬਰ ਗਰਾਊਂਡ ਦੇ ਨੇੜੇ ਆਪਣੀ ਤਿਆਰੀ ਰੱਖਣਗੀਆਂ, ਕਟਾਲੀ ਦਾ ਮੈਚ ਹੋ ਗਿਆ, ਕਟਾਲੀ ਚੁੱਕਿਆ ਤੋਂ ਹਾਰ ਗਈ, ਤੀਜੇ ਰਾਊਂਡ ਦਾ ਮੈਚ ਸੀ। ਨੌ ਪੰਜ ਹੋ ਗਏ ਜੀ, ਨੌ ਪੰਜ ਪੰਜ ਇੱਧਰ ਪੰਜ ਹਰੀਸ਼ ਕੁਮਾਰ ਜੀ, ਓਕੇ ਜੀ ਓਕੇ, ਪੰਜ ਨੌ ਸਰਵਿਸ ਚੇਂਜ ਜੀ। ਰਿਸ਼ਕ ਬੋਲ ਜੀ, ਸ਼ੇਅਰ ਜ਼ਰੂਰ ਕਰੋ ਮੇਰਾ ਵੀਰ, ਸਾਰੇ ਭਰਾ ਸ਼ੇਅਰ ਕਰੀ ਚੱਲੋ, ਮੈਚ ਬਹੁਤ ਤਕੜਾ ਲੱਗਾ ਵੀਰੇ, ਨੀਵੇਂ ਹੋ ਕੇ ਨਾ ਗਿਆ ਕਰੋ, ਮਾੜਾ ਗੱਲਾ ਕੈਮਰੇ ਮੂਰੇ
ਛੇ ਨੌ ਜੀ ਐਂਡ ਬਾਲ ਰਾਈਟ ਬਾਲ ਜੀ ਇਸੀ ਗਲਤ ਜਜਮੈਂਟ ਕਰ ਗਿਆ ਥੋੜੀ ਜੀ ਬਾਲ ਕਾਫੀ ਐਨ ਸੀ 9-6 ਸਰਵਿਸ ਚੇਂਜ ਠਾਠਾ ਹੋਈ ਪਈ ਆ ਸਹੀ ਗੱਲ ਆ ਬਈ ਹਰੀਸ਼ ਕੰਬੋਜ ਜੀ ਬੱਬੂ ਗਲਤੀ ਕਰ ਬੱਲੇ ਓਏ ਓ ਬੱਲੇ ਕਹਿੰਦਾ 9-7 ਸਰਵਿਸ ਚੇਂਜ ਜੀ ਓ ਬੱਲੇ ਕਹਿੰਦਾ ਸਤਨਾਮ ਕਲਰ ਜੀ ਗੋਪਾ ਮਾਨ ਨਹੀਂ ਆਇਆ ਜੀ ਗੋਪਾ ਮਾਨ ਨਹੀਂ ਆਇਆ ਜੀ ਓ ਬੱਲੇ ਪਾਗੜੀ ਬੱਲੇ ਹੋਏ ਠਾ ਠਾ ਕਰਾਈ ਤੇਰਾ ਆਉਂਦਾ ਕਮੈਂਟਰੀ ਕਾ ਬੰਦ ਕਰ ਦੋ ਘੰਟੇ ਕਦੋਂ ਉਠਾ ਲੈਣ ਬੱਲੇ ਹੋਏ ਆਪਣੇ
9-9 ਦੀ ਬਰਾਬਰੀ ਹੋ ਗਈ, 9-9 9 ਪੁਆਇੰਟ ਆ ਪਨਿਆਰੀ ਦੀ ਟੀਮ ਦੇ, ਇੱਧਰ ਕੈਮਰੇ ਸਾਹਮਣੇ 9 ਪੁਆਇੰਟ ਆ ਜੀ ਪਰਲੀ ਸਾਈਡ ਬੰਬੀਹੇ ਦੀ ਟੀਮ ਦੇ। ਆਊਟ ਬਾਲ, ਰਕੇਸ਼ ਸ਼ਾਲੂ ਜੀ ਗਲਤੀ ਕਰ ਗਏ, ਆਊਟ ਬਾਲ, ਸਰਵਿਸ ਚੇਂਜ ਹੈ ਜੀ। ਮੈਚ ਬਹੁਤ ਤਕੜਾ ਪਰ ਕਮੈਂਟ ਨਹੀਂ ਹੋ ਰਹੀ, ਪਤਾ ਨਹੀਂ ਕਿਹੜੀ ਗੱਲੋਂ। ਰਾਈਟ ਬਾਲ ਜੀ, ਰਾਈਟ ਬਾਲ, 10-9 ਸਾਈਡਾਂ ਚੇਂਜ। ਸਤਨਾਮ ਚੰਦ ਮੰਡਲ ਜੀ, ਹਾਂਜੀ ਹੈਲੋ ਜੀ, ਹੈਲੋ। ਨਹੀਂ ਜੀ ਗੁਰਪ੍ਰੀਤ ਸਿੰਘ ਜੀ, ਨਰੋਲ ਨਿਗਾਹ ਵਾਲ ਓਪਨ ਹੈ ਜੀ, ਪਰ ਭਨਿਆਰੀ ਵਾਲੇ ਮੁੰਡੇ ਨਰੋਲ ਖੇਡ ਰਹੇ ਬਿਲਕੁਲ। ਇੱਧਰ ਹੁਣ ਕੈਮਰੇ ਵਾਲੇ ਸਾਹਮਣੇ ਆ ਗਈ ਟੀਮ ਜੀ ਬਬੀਹੇ ਦੀ, ਪਰਲੀ ਸਾਈਡ ਚਲੀ ਗਈ ਜੀ ਟੀਮ ਭਨਿਆਰੀ ਸ਼ਾਲੂ ਜੀ ਦੀ। ਮਦਰ ਐਮ ਪੀ ਜੀ ਸਕੋਰ ਹੈ ਜੀ 10 ਪੁਆਇੰਟ, ਇੱਧਰ ਕੈਮਰੇ ਸਾਹਮਣੇ ਟੀਮ ਜਿਹੜੀ ਆ ਗਈ ਹੁਣ ਬਬੀਹੇ ਦੀ ਟੀਮ ਦੇ, 9 ਪੁਆਇੰਟ ਹੈ ਜੀ ਪਰਲੀ ਸਾਈਡ ਭਨਿਆਰੀ ਸ਼ਾਲੂ ਦੀ ਟੀਮ ਦੇ। ਓ ਬੱਲੇ ਯਾਰ ਕਹਿੰਦੇ ਥੱਲੇ ਨੀ ਬਹਿਣਾ ਬਾਈ, ਪੱਟ ਦੇ ਲੱਖਾਂ ਰੱਖਾਂ ਪਾਪੇ ਨੀ ਰੱਖਣਾ। ਫਾਈਨਲ ਦਾ ਦੂਜਾ ਰਾਊਂਡ ਹੈ ਜੇ ਗੁਮਟੀ ਵਾਲੇ ਦੂਜਾ ਰਾਊਂਡ ਜਿੱਤਦੇ ਤੇ ਇਤੂ ਮੀਨ ਹੋਊਗੀ ਗੁਮਟੀ। ਹੈਲੋ ਕਹਿੰਦਾ ਮੈਂ ਮੰਗਿਆ ਜੀ ਹੈਲੋ ਥੱਲੇ ਨੀ ਬੈਠਣਾ। ਹੈਲੋ ਆਏ ਸੀਗੇ ਜੀ, ਮੈਨੂੰ ਲੱਗਦਾ ਖੰਜਰਾਲ ਦਾ ਮੈਚ ਹੋ ਗਿਆ ਸੀ, ਖੰਜਰਾਲ ਸ਼ਾਇਦ ਹਾਰ ਗਈ ਸੀ ਜਦੋਂ ਉਹਦੀ ਅਪਡੇਟ ਦੀ, ਮੈਨੂੰ ਮੈਂ ਲੇਟ ਆਇਆ ਸੀ ਵੀਰੇ ਗੁਰਪ੍ਰੀਤ ਬਰਾੜ ਜੀ। ਨੱਥੂ ਵਾਲੇ ਦੀ ਟੀਮ ਜਿੱਤ ਗਈ ਹੈ ਵੀਰੇ, ਹਰਜੀਤ ਭਿੰਡਰ ਜੀ, ਰੇਮਪਾ ਬਰਾੜ ਜੀ। ਹੈਲੋ ਸਾਹਮਣੇ ਵਾਲੇ ਕੱਟ ਮਾਰੀ ਜਾਂਦਾ ਉਹ ਸੈੱਟ ਕਰਦਾ। ਹੈਲੋ ਕਿਹੜਾ ਮਾਰੀ ਬਾਈ ਬੱਟੀ ਦੇ ਗਰਾਊਂਡ ਵਾਲਾ, ਬੱਟੀ ਗਰਾਊਂਡ ਵਾਲਾ ਇਹੀ ਕਿਹੜਾ ਤੇਰੇ। ਹੈਲੋ ਬੈਬੀ ਰਾਵਣ ਪੰਗੂ ਜੀ, 2 ਨੰਬਰ ਗਰਾਊਂਡ ਹੈ ਜੀ, 2 ਨੰਬਰ ਗਰਾਊਂਡ। ਬੈਕੇ ਨਹੀਂ ਖਿੱਚਣਾ, ਬੈਕੇ ਨਹੀਂ ਖਿੱਚਣਾ, ਜੇਤੂ ਦੇਣ ਲੱਗੇ ਸੀ ਬੱਲੇ, ਬਾਗੜੀ ਗਲਤੀ ਕਰ ਗਿਆ। 12-9 ਹੋ ਗਏ ਟੀਮ ਦੀ ਆ ਗਈ ਹੈ, ਹਾਂਜੀ ਮੈਚ ਕਰਾਈ ਹੈ ਭਾਵੇਂ ਨੱਥੂ ਵਾਲਾ ਵਰਦੀ ਰੈਫਰੀ ਆ ਗਏ ਨੂੰ
ਮੋਟੇ ਵਾਲਾ ਕਿੱਧਰ ਗਿਆ ਰਾਉਂਡ? ਸੋਰੀ ਵੀਰੇ, ਰਮਨ ਪੰਗੂ ਜੀ, ਪੰਬੂ ਜੀ, ਰਾਉਂਡ ਹੈ ਜੀ, ਤੀਜੇ ਰਾਉਂਡ ਦਾ ਮੈਚ ਹੈ ਜੀ, ਤੀਜੇ ਰਾਉਂਡ ਦਾ। ਸਿੱਧੂ ਦੇ ਪੈਂਡੀ ਆ ਬਿੰਦਾ ਹੇਰ ਜੀ, ਸਿੱਧੂ ਦੇ ਪੈਂਡੀ ਆ ਟੂਰਨਾਮੈਂਟ ਅੱਜ। ਸਾਡੇ ਕਮੇਟੀ ਵਾਲੇ ਤੇ ਰੈਫਰੀ ਤੇ ਇੱਕ ਬਾਕੀ ਬਾਈ ਜੀ ਜਿਹੜੇ ਐਕਟਰਾਂ ਨੇ ਉਹ ਬਾਹਰ ਬਾਈ ਆਣਗੇ। ਇਹ ਬੇਨਤੀ ਮੰਨੋ ਸਾਡੀ, ਇਕੱਲੇ ਰੈਫਰੀ ਸਾਡੀ ਸਿੱਧੂ ਦਾ ਮੈਚ ਮੈਨੂੰ ਲੱਗਦਾ ਚੱਲ ਰਿਹਾ ਜੀ ਇੱਕ ਨੰਬਰ ਗਰਾਊਂਡ ਤੇ, ਵਾਲੀਬਾਲ ਸ਼ੂਟਿੰਗ ਪੰਜਾਬ ਪੇਜ ਤੇ। ਚੱਲਣ ਕਿਹੜੇ ਦਾ ਮੈਨੂੰ ਲੱਗਦਾ ਚੱਲੀ ਜਾਂਦਾ ਜੀ ਇੱਕ ਨੰਬਰ ਗਰਾਊਂਡ ਤੇ ਵਾਲੀਬਾਲ ਸ਼ੂਟਿੰਗ ਪੰਜਾਬ ਤੇ। ਵਾਲੀਬਾਲ ਮੀਡੀਅਮ ਦਾ ਕਰੇਜ ਦੋ ਪੇਜਾਂ ਤੇ ਚੱਲ ਰਿਹਾ ਜੀ। ਨਿਊ ਮੀਡੀਅਮ ਚ ਡਿਫੈਂਸ ਨੂੰ ਡਿਫੈਂਸ ਨੀ ਪਾਉਣਾ, ਬਸ ਅਟੈਕ ਮਾਰਨਾ। ਸੋਢੀ ਹੈਗੇ ਜੀ ਅੱਜ ਚੁੱਗਿਆਂ ਚ ਬਾਰਾਂ ਤੇਰਾਂ ਬਾਕੀ ਦੱਸਾਂ ਜੇ ਕੋਈ ਵੀ ਬਾਕੀ ਬਾਤ ਗਰਾਊਂਡ ਕਲੀਅਰ ਕਰੋ, ਗਰਾਊਂਡ ਕਲੀਅਰ ਭਾੜ ਕੇ ਰੱਖੋ
ਜੱਜ ਦਾ ਮੈਚ ਮੈਨੂੰ ਕਲੀਅਰ ਨਹੀਂ ਵੀਰੇ ਕਿਹਦੇ ਨਾਲ ਆ, ਜਦੋਂ ਬੋਲਿਆ ਕਿਤੇ ਮੈਂ ਅਪਡੇਟ ਕਰ ਦੂੰਗਾ ਜੀ ਉਦੋਂ ਜਸ਼ਨ ਜਰਨੈਲ ਸਿੰਘ ਪਨਿਆਰੀ ਚ ਸਾਰੇ ਨਰੋਲ ਆ ਜੀ ਮੁੰਡੇ ਪਨਿਆਰੀ ਦੇ ਨਰੋਲ ਆ, ਇੱਕ ਪਿੰਡ ਦੇ ਆ, ਫੌਜੀ ਆ, ਪੀਸੀ ਆ, ਵਿੱਕੀ ਆ, ਸ਼ਾਲੂ ਜੀ ਆ, ਬਾਗੜੀ ਤੇ ਅਮਨ ਆ ਨੈਟ ਤੇ ਆਊਟ ਬਾਲ ਬਦਲ ਐਮ ਪੀ ਜੀ ਪੁਆਇੰਟ ਜੀ 14-12 ਹੋ ਗਏ ਮੈਨੂੰ ਲੱਗਦਾ ਪੁਆਇੰਟ ਲੱਗ ਗਿਆ ਉਧਰ ਫਾਉਲ 12 ਤੇ ਮਾਨ ਵਾਲੇ ਇਕੱਠੇ ਆ, ਰੈਫਰੀ ਨੂੰ ਬੇਨਤੀ ਹੈ ਜਦੋਂ ਕੋਈ ਖਿਡਾਰੀ ਫੌਲ ਖੇਡਿਆ ਦੂਜੀ ਟੀਮ ਨੂੰ ਜੇਤੂ ਦੇ ਦਿਓ, ਭਲਾ ਖਿਡਾਰੀ ਇੱਕ ਫੌਲ ਖੇਡਿਆ ਬਹੁਤ ਹੋਏ ਟਾਈਗਰ ਭਾਈ ਅਣਕੇ ਟਾਈਗਰ ਚਲੋ ਵੀ ਜਿਹੜੀ ਟੀਮ ਸੁਰੇਸ਼ਾ ਦੀ ਟੀਮ ਖੇਡ ਰਹੀ ਹੈ ਹਰੇਸ਼ਾ ਦੀ ਚੌਦਾਂ ਉਧਰ
ਸਰਵਿਸ ਫਿਰ ਤੋਂ ਚੇਂਜ ਆ ਜੀ, 14-12 ਪੁਆਇੰਟ ਸਰਵਿਸ ਚੇਂਜ। ਓਕੇ ਜੀ, ਓਕੇ ਸੂਰਜ ਤੁਹਾਡਾ ਭਰਾ, ਓਕੇ ਜੀ, ਓਕੇ ਸੂਰਜ ਬੂਟੇ ਬਾਈ ਕੋਲ ਬੈਠਾ ਸਟੇਜ ਤੇ। ਮੈਚ ਕਿਹਦੇ ਨਾਲ ਤੁਹਾਡਾ, ਤਾਂਗਾ ਨਿਕਲ ਗਿਆ ਕਿ ਨਹੀਂ? ਆਹੋ ਸੱਚ ਨਾ ਤੁਹਾਡਾ, ਮੈਂ ਸਮਝੀ ਜਾਂਦਾ ਚੁੱਗਿਆ ਚੱਜ, ਮੈਂ ਸਮਝੀ ਜਾਂਦਾ ਚੁੱਗਿਆ ਚੱਜ। ਕਹਾਣੀ ਕਹਿੰਦੇ ਕੁਝ ਹੋਰ ਹੀ ਬਣ ਜਾਣੀ ਹੈ। ਗਗਨ ਕੁੰਦਰ ਵਾਲ ਸੁਣਿਆ ਪਰ ਕਹਿੰਦੇ ਮਸੰਦਾ ਵਾਲ ਖਾ ਗਿਆ। ਦਿਮਾਗ ਬਾਹਲਾ ਲੱਗਦਾ ਉਹ ਬੰਦਾ ਨਾ ਜਿਹੜਾ ਇੱਧਰ ਐਂਡ ਤੇ ਲੱਗਿਆ ਵਾ, ਜਮਾ ਇੰਟਰਨੈਸ਼ਨਲ ਖੇਡਦਾ ਉਹ ਬੰਦਾ ਅਸਪਾਲ ਕਲਾਂ ਦਾ। ਨੰਬਰ ਦੱਸੀ ਕਿੰਨੇ ਕਿੰਨੇ ਹੈ ਬੰਨਾ ਬਾਈ, ਦੱਸੀ ਨੰਬਰ ਕਿੰਨੇ ਹੈ? ਚੰਨਣ ਖੇੜਾ ਵਾਲੀਬਾਲ ਦੀ ਰਾਜਧਾਨੀ। ਇੱਧਰ ਕਹਿੰਦੇ ਰੱਸਾ ਫਾਈਨਲ ਮੈਚ ਹੈ, ਨਾ ਹੀ ਤੇ ਰੱਸਾ ਉੱਧਰ ਹਿਲਦਾ ਨਾ ਹੀ ਰੱਸਾ ਉੱਧਰ ਹਿਲਦਾ ਤੋਪਲੇ ਲੈਣੇ ਹੈ। ਮੈਚ ਤੇ ਬਹੁਤ ਤਕੜਾ ਹੈ,
ਦੋਨੋਂ ਭੇਤੀ ਇੱਕ ਦੂਜੇ ਦੇ। ਇੱਕ ਪਾਸੇ ਕਹਿੰਦੇ ਧਰਤੇ ਭਾਈ ਦਾ ਇਲਾਕਾ ਹੈ ਜਿੱਥੇ ਭੂਤਾਂ ਨੇ ਰਾਤੋਂ ਰਾਤ ਖੂਹ ਬਣਾਤਾ ਸੀ, ਦੂਜੇ ਪਾਸੇ ਜੀਤੇ ਵਾਲੇ ਮੁੰਡੇ ਹੈ। ਮੈਚ ਰੱਸਾ ਕਹਿੰਦਾ ਵੀ ਬਾਹਲਾ ਤਕੜਾ ਹੈ। ਭਣਿਆਰੀ ਜਿੱਤ ਗਈ। ਆਓ ਜੀ ਦੋ ਨੰਬਰ ਗਰਾਊਂਡ ਦੀਆਂ ਟੀਮਾਂ, ਸਮਰਾਟ ਨਿਊਜ਼ੀਲੈਂਡ ਸਾਡਾ ਭਰਾ ਮੇਰੇ ਕੋਲੇ ਆ ਜੇ। ਦੋ ਨੰਬਰ ਗਰਾਊਂਡ ਦੀਆਂ ਟੀਮਾਂ ਆ ਜੋ, ਕਾਲੀ ਵਾਲਾ ਤੇ ਸਲੇਮ ਸਾਹਿਬ ਗੋਟਾ। ਲੈ ਵੀ ਭਣਿਆਰੀ ਵਾਲੇ ਮੁੰਡੇ ਰਾਜ ਪਾਲਕ ਰੈਫਰੀ ਆ ਜੇ। ਭਣਿਆਰੀ ਦੀ ਟੀਮ ਦੇ ਖਿਡਾਰੀ ਟਾਈਆਂ ਕੱਢ ਰਹੇ ਹੈ ਜੀ। ਜੇਤੂ ਟੀਮਾਂ ਦੇ ਅੱਗੇ ਖਿਡਾਰੀ ਸਟੇਜ ਤੇ ਆ ਕੇ ਟਾਈਆਂ ਦੇਖ ਸਕਦਾ ਹੈ। ਭਣਿਆਰੀ ਵਾਲੇ ਮੁੰਡੇ ਕਰੈਫਰੀ ਆਓ ਜੀ। ਭਣਿਆਰੀ ਦੀ ਟੀਮ ਦਾ ਬਾਗ ਵੀ ਇੱਕ ਰੈਫਰੀ ਆ ਜਾਓ। ਭਣਿਆਰੀ ਵਾਲੇ ਮੁੰਡੇ ਲਾਓ ਸਾਹਮਣੇ। ਕਹਿੰਦੇ ਬੁਰਜ ਤਿੰਨਾਂ ਤੇ ਗੁਮਟੀ ਦਾ ਮੈਨਰ ਦੂਜਾ ਰਾਊਂਡ ਮੇਰੇ ਵੀਰੋ। ਕਿਹੜੇ ਇਲਾਕੇ ਦੇ ਖਿਡਾਰੀ? ਧੋਲੀਏ ਕਲਾਂ ਦੇ ਏਰੀਏ ਦੀ ਟੀਮ ਜ਼ਿਲ੍ਹੇ ਮੋਗੇ ਦੇ ਖਿਡਾਰੀ ਹੈ। ਮੇਰੀ ਸਮਰਾਟ ਨਿਊਜ਼ੀਲੈਂਡ ਸਟੇਜ ਤੇ ਆ ਜੇ, ਆਪਾਂ ਟਾਈਆਂ ਕੱਢਣੀਆਂ। ਸਮਰਾਟ ਨਿਊਜ਼ੀਲੈਂਡ ਜਿੱਤੇ ਆਪਣੇ ਗਰਾਊਂਡ ਖਾਲੀ ਹੋ ਜਾਣੇ ਹੈ। ਜੇਤੂ ਦੀ ਟੀਮ ਆਓ ਜੀ। ਮੁੰਡੇ ਆ ਗਏ ਸਾਰੇ। ਬਾਲ ਦੀ ਇੱਕ ਰੈਫਰੀ ਆਓ ਬਈ। ਭਣਿਆਰੀ ਵਾਲੇ ਮੁੰਡੇ ਇੱਕ ਰੈਫਰੀ ਆ ਜੇ ਵੀਰ ਬੰਦੇ। ਲੈ ਵੀ ਚੁੱਪਾ ਹੁਣ ਗੁਮਟੀ ਵਾਲਾ ਮਾਰ ਜੋਰ। ਬੁਰਜ ਦੁੰਨੇ ਵਾਲੇ ਵੀ ਐਨ ਮੁੰਡੇ ਰੱਸਾ ਖਿੱਚੀ ਖੜੇ ਹੈ ਤੇ ਜੋਰ ਮਾਰਨਾ ਪੈਣਾ। ਲੈ ਵੀ ਪ੍ਰਧਾਨ ਹੁਣ ਟਾਈਮ ਲੈਣਾ ਪੈਣਾ ਮੁੰਡਿਆਂ ਨੂੰ। ਕਰਨ ਆ ਗਿਆ ਨਾਮਾ ਆ ਗਿਆ ਖੁੱਲੀ ਖੇਡ ਹੈ। ਕੱਟਾ ਕੱਟੀ ਨਿਕਲੂਗਾ ਭਾਵੇਂ ਨਾ ਬਣਦਾ। ਕਮੇਟੀ ਵਾਲੀ ਆ ਗਿਆ ਕੱਟਾ ਕੱਟੀ ਨਿਕਲੂਗਾ ਮੇਰੇ ਵੀਰੋ। ਭਲਾ ਦੀ ਰਾਤ ਦੇ ਨਾ ਦਾਸ ਬਣ ਜਾਣ ਤੇਰਾ ਮੈਚ ਇੱਧਰ ਮੈਚ ਇੱਧਰ ਬਈ ਆਓ। ਭਣਿਆਰੀ ਵਾਲੇ ਮੁੰਡੇ ਕਰੈਫਰੀ ਆਓ ਜੀ। ਭਣਿਆਰੀ ਦੀ ਟੀਮ ਦਾ ਪੇਂਡੀ ਚੱਲਣ ਦੇ ਮੈਚ ਉੱਧਰ ਕੋਈ ਨੀ ਕਰਦੇ ਸੈਟਿੰਗ ਕਿਹੜਾ ਆ ਮੈਚ ਚਲਾ ਦੂ ਤਿੰਨ ਨੰਬਰ ਰੱਖ ਚਲਾ ਦੇ ਮੈਚ ਜੀ। ਓਕੇ ਮੈਚ ਥੋੜਾ ਦੂਰ ਰੱਖ ਲਿਆ ਬਕਸੇ ਰਣਜੀਤ ਤੋਂ। ਬਕਸੇ ਰਣਜੀਤ ਤੋਂ ਮਾਈਕ ਮਾਣਾ ਪਰਾ ਰੱਖਣਾ ਬਾਈ। ਕਿਹੜਾ ਕੋਲੇਗਾ